ਮੈਂ ਕਿਹਾ ਵੀਰੋ ਕੀ ਹਾਲ ਚਾਲ ਹੈ ਖੈਰ ਖਰੀਅਤ ਨਾਲ ਲੱਗੇ ਉਮੀਦ ਕਰਾਂਗਾ ਕਿ ਸਾਰੇ ਵੇਖਣ ਵਾਲੇ ਬਿਲਕੁਲ ਠੀਕ ਠਾਕ ਤੇ ਖਰੀਅਤ ਨਾਲ ਹੋਣਗੇ ਦੋਸਤੋ ਮੌਜੂਦ ਹੈਗੀਆਂ ਰੁਸਤਮ ਸਰਗਾਣੇ ਸ਼ੋਰਕੋਟ ਰੋਡ ਦੇ ਉੱਤੇ ਜੰਗ ਤੇ ਖੂਬਸੂਰਤ ਮਾਲ ਹੈ ਜੀ ਕਾਫੀ ਤਾਦਾਦ ਦੇ ਵਿੱਚ ਦੋਸਤਾਂ ਨੂੰ ਵਿਖਾਉਂਦੇ ਹਾਂ ਡਿਟੇਲ ਸ਼ੇਅਰ ਕਰਦੇ ਹਾਂ ਅਤੇ ਨਾਲੇ ਨੰਬਰ ਸ਼ੇਅਰ ਕਰ ਦਿੰਦੇ ਹਾਂ ਆਓ ਜੀ ਵੇਖਦੇ ਹਾਂ ਘੋੜੀਆਂ ਅਤੇ ਤਫਸੀਲਾਤ ਇਹਨਾਂ ਦੀ ਲੈਂਦੇ ਹਾਂ ਲਓ ਵੇਲੀਓ ਮਾਸ਼ਾਅੱਲਾ ਖੂਬਸੂਰਤ ਨੁਕਰੀਆਂ ਦੋ ਘੋੜੀਆਂ ਨੇ ਹੋਰ ਵੀ ਮਾਲ ਹੈ ਦੋਸਤਾਂ ਨੂੰ ਵਿਖਾਉਂਦੇ ਹਾਂ ਇਹਨਾਂ ਦੀ ਡਿਟੇਲ ਲੈ ਲੈਂਦੇ ਹਾਂ ਇਹ ਇੱਕ ਗੋੜੀ ਫੜ ਲਓ ਨਾ ਯਾਰ ਹੇਕ ਪਕੜ ਲਓ ਉੱਥੇ ਚਲੋ ਇਹ ਇਹ ਇਹਦਾ ਪਹਿਲਾਂ ਸਾਨੂੰ ਵਿਖਾ ਦਿਓ ਜੀ ਇਸ ਘੋੜੀ ਨੂੰ ਮੱਥਾ ਚੈੱਕ ਕਰੋ ਜੀ ਇਹ ਤਾਂ ਦਾਤ ਹੋ ਗਈ ਅੱਛਾ ਸ਼ੌਕੀ ਮਹਿੰਦੀ ਲਾਈ ਮੈਂ ਸ਼ੱਕ ਪੈ ਗਿਆ ਮੈਂ ਤਾਂ ਵਾਸਤੇ ਨੇੜੇ ਹੁੰਦਾ ਮੈਂ ਮਹਿੰਦੀ ਲਾ ਘੋੜੀ ਦੋ ਗੇੜ ਛੋੜ ਦੋ ਗੇੜ ਵੀ ਹੋਵੇ ਤਾਂ ਖਾ ਬੈਣਾ ਹੱਥਾਂ ਪੈਰਾਂ ਦੇ 6000 ਜੀ ਵੇਂਦੇ ਨੇ ਭਾਈ ਅੱਛਾ ਕੀ ਆਂਦੇ ਹੋ ਕਲੀਅਰ ਹੈ ਜੀ ਜੀ ਉੱਪਰ ਦਾਨ ਖੋਲ ਕੇ ਫੈਸਲ ਵੀ ਕਰ ਦੇ ਖਾਈਆਂ ਜੀ ਖਾਈਆਂ ਹੁੰਦੀ ਸੀ ਹੱਥ ਪੈਰ ਹੈ ਕਰੀ ਇਹਨਾਂ ਦੀ ਰਸਾਈ ਕੋਈ ਨਾ ਪਾਵੇ ਬਾਣੇ ਖੁੱਲੀਆਂ ਵਧੀਆਂ ਜੀ ਰਸਾ ਤੋਂ ਡਰਦੀਆਂ ਵਧੀਆਂ ਕਰ ਮਾਰੀਆਂ ਅੱਛਾ ਵੇਖੋ ਸੁੰਨਾ ਨਫੀਸ ਬਰੀਕ ਵੇਖੋ ਜੀ ਹਾਂ ਪੈਰਾਂ ਹੀ ਸੋਨੇ ਆ ਰਸੇ ਜੀ ਇਹਨਾਂ ਨੂੰ ਦੁੜਕਾਓ ਜ਼ਰਾ ਹਾਂ ਉਮਰ ਹੀ ਚੈੱਕ ਕਰਾਓ ਉਮਰ ਕਰਦੇ ਆ ਚੈੱਕ ਇਹਨੂੰ ਦੁੜਕਾਓ ਥੋੜਾ ਜਿਹਾ ਥੋੜਾ ਡਰਾ ਸ਼ਾਹ ਸਾਹਿਬ ਦੀ ਕੀ ਡਿਟੇਲ ਹੈਗੀ ਹੈ ਇਸ ਘੋੜੀ ਦੀ ਉਮਰ ਕੀ ਦਿਨੀ ਹੈ ਉਮਰ ਦੁਆਕ ਸ਼ਾਹ ਸਾਹਿਬ ਦੀ ਉਮਰ ਕੀ ਹੈਗੀ ਹੈ ਘੋੜੀ ਦੁਆਕ ਜੀ ਦੁਆਕ ਹੈ ਜੀ ਹਾਂ ਅੱਛਾ ਤੇ ਕਾਦ ਕਿਤਨਾ ਕਾਦ ਇਹਦਾ ਜੀ 60 ਇੰਚ 60 ਇੰਚ ਹੈ ਜੀ ਹਾਂ ਤਾਂਗ ਨੁਕਰਾ ਨੁਕਰਾ ਚਾਂਦੀ ਨੁਕਰਾ ਜੀ ਚਾਂਦੀ ਨੁਕਰਾ ਜੀ ਹਾਂ ਅੱਛਾ ਹੱਥਾਂ ਪੈਰਾਂ ਦੀ ਸੋਨੇ ਵਾਰਗੀ ਅੱਛਾ ਅੱਖਾਂ ਤੱਕ ਕਰਾਓ ਜੀ ਕੋਈ ਕਾਤਰ ਨਹੀਂ ਧੂਹ ਕਾਲੀਆਂ ਅੱਛਾ ਆਹ ਚੈੱਕ ਕਰਾਓ ਜੀ ਮੱਥਾ ਮੱਥਾ ਹੀ ਚੈੱਕ ਕਰਾਓ ਜੀ ਅੱਛਾ ਸ਼ੌਕੀਆ ਸਿਰਫ ਮਹਿੰਦੀ ਲਾਈ ਹੈ ਜੀ ਅੱਛਾ ਕੰਨਾਂ ਦੀ ਮੋਟ ਬਰੋਬਲ ਹੈ ਜੀ ਇਹ ਆ ਜੀ ਵੇਂਦੇ ਪਏ ਬਿਲਕੁਲ ਸਿੱਪੀ ਆਰ ਕਾਂ ਅੱਛਾ ਖੂਬਸੂਰਤ ਅੱਛਾ ਤੇ ਇਹ ਦੱਸੋ ਉਮਰ ਕੀ ਦੱਸੀ ਆ ਇਹਦੀ ਉਮਰ ਦੁਆਕ ਜੀ ਆ ਚੈੱਕ ਕਰੋ ਜੀ ਬਸ ਸ਼ਾਹ ਸਾਹਿਬ ਕੀ ਆਂਦੇ ਹੋ ਘੋੜਾ ਕ੍ਰਾਸ ਕਰਾਉਣ ਵਾਸਤੇ ਤਿਆਰ ਹੈ ਨੋ ਤਿਆਰ ਜੀ ਤਿਆਰ ਤੇ ਕੀ ਡਿਮਾਂਡ ਕਰਦੇ ਪਏ ਡਿਮਾਂਡ ਇਹਦੀ 7.5 ਲੱਖ ਦੀ ਲਾਤੂ ਕੱਢੀ ਹੋਈ ਹੈ ਨਹੀਂ ਜੀ ਅਜੇ ਇਹਨੂੰ ਰਸੇ ਤੇ ਲਿਆਰੇ ਦਾ ਹੇਲੋ ਕਿਸਾ ਕੀਤਾ ਹੈ ਜੀ ਅੱਛਾ ਵੇਂਦੇ ਨੇ ਭਾਈ ਤੇ ਵੀਡੀਓ ਜੇ ਤੁਸੀਂ ਵੇਖਿਆ ਇਤਰਾਂ ਦੀ ਵਧੀ ਹੈ ਜੀ ਨਰਮ ਸ਼ਰਮ ਬੜੀ ਹੈ ਜੀ ਹਾਂ ਜੀ ਹੱਥਾਂ ਪੈਰਾਂ ਦੀ ਸਾਫ ਸੁਥਰੀ ਜੀ ਬਹੁਤ ਅੱਛੀ ਨਸਲਣ ਬੜੀ ਹੈ ਜੀ ਅੱਛਾ ਹਾਂ ਬਰੀਕ ਸ਼ਰੀਕ ਸੋਮ ਭਾਈ ਪੜੋਪੀ ਵਾਲਾ ਜੀ ਵੇਂਦੇ ਨੇ ਪਾ ਸੋਮ ਸੋਮਾਂ ਜੋ ਕਿਸੇ ਕਿਸੇ ਘੋੜੇ ਦਾ ਜੀ ਉਹ ਜਿਹਾ ਸੋਮ ਹੁੰਦਾ ਜੀ ਪੜੋਪੀ ਵਾਲਾ ਜੀ ਬਾਕੀ ਸਾਫ ਸੁਥਰੀ ਜੀ ਪੁੱਠਾ ਵੇਖੋ ਸੀਨਾ ਸੱਜੇ ਮਣੇ ਜਾਦਾ ਜੀ ਜੀ ਹਾਂ ਜੀ ਅਭੀ ਜੀ ਕਾਲੀ ਯਾਰ ਸ਼ਾਇ ਫੇਟ ਜੀ ਡਿਮਾਂਡ ਕੀ ਦੱਸੀ ਨੇ ਡਿਮਾਂਡ 7.5 ਲੱਖ ਰੁਪਈਆ ਜੀ ਮੋਰ ਪਿਆਰ ਮੁਹੱਬਤ ਹੈ ਕਰ ਲਈ ਸਾਂ ਜੀ ਜਿਹੜਾ ਕੋ ਰਾਬਤਾ ਮੁੜ ਕਿਸੇ ਕੀਤਾ ਜੀ ਸ਼ਾ ਜੀ ਇਸ ਗੋੜੀ ਦੀ ਕੀ ਉਮਰ ਹੈ ਉਮਰ ਹੁਣ 5 ਲੱਗਦੀ ਪਈ ਹੈ ਜੀ 5 ਲੱਗਦੀ ਪਈ ਹੈ ਜੀ ਮੱਥਾ ਇਹਦਾ ਸਾਫ ਹੈ ਸਾਫ ਜੀ ਆ ਚੈੱਕ ਕਰੋ ਜੀ ਅੱਖੀ ਅੱਖੀ ਸਾਫ ਜੀ ਕਾਲੀਆਂ ਜੀ ਕਾਲੀਆਂ ਜੀ ਆ ਮੂੰਹ ਪਟਿਆ ਜਰਾ ਮੂੰਹ ਜੀ ਆ ਚੈੱਕ ਕਰੋ ਹੁਣ 5 ਲੱਗਦੀ ਪਈ ਹੈ ਬਾਸ ਜੀ ਆ ਜੀ ਵੇ ਉਤਲੇ ਤਲਵੇਂ ਤੋਂ ਦੇ ਸਿਆਈਆਂ ਜੀ ਆ ਤੇ ਇਹਦਾ ਕਾਦ ਕੀ ਹੈ ਕਾਦ 9 ਇੰਚ ਜੀ ਹੱਥਾਂ ਪੈਰਾਂ ਦੀ ਸੋਨੇ ਵਰਗੀ ਜੀ ਲਓ ਵੀਡੀਓ ਦੇ ਹੱਥਾਂ ਪੈਰਾਂ ਨੂੰ ਨਜ਼ਰ ਮਾਰ ਲਓ ਤਸੱਲੀ ਕਰ ਲਓ ਬਾਕੀ ਤਸੱਲੀ ਮੌਕੇ ਦੀ ਹੈ ਲਓ ਵੀਡੀਓ ਘੋੜੀਆਂ ਦੀ ਥਾਂ ਦੀ ਵੀਡੀਓ ਵੇਖ ਸਕਦੇ ਹੋ ਤੁਸੀਂ
ਮਾਸ਼ਾਅੱਲਾ। ਬਾਕੀ ਮਾਲ ਵੀ ਵੇਨੇ ਆ ਜੀ ਇਹਨਾਂ ਦਾ, ਡਿਟੇਲ ਦੋਸਤਾਂ ਦੇ ਨਾਲ ਸ਼ੇਅਰ ਕਰਨ। ਸ਼ਾਹ ਸਾਹਿਬ ਆਓ ਜ਼ਰਾ ਜੀ। ਸ਼ਾਹ ਜੀ ਇਸ ਵਛੇਰੀ ਦੀ ਕੀ ਉਮਰ ਹੈ? ਸਰੇਲ ਹੈ। ਅੱਛਾ, ਰੰਗ ਕੀ ਪਾਉਂਦਾ ਸੂ? ਇੱਥੇ ਮੇਰੇ ਕੋਲ ਆ ਜਾਓ ਤੂੰ। ਅੱਛਾ, ਦੋ ਪੈਰ ਧੋਤੇ ਹੋਏ, ਮੱਥੇ ਲਕੀਰ ਮੱਥਾ ਰੱਖ ਰਿਹਾ ਜੀ, ਮੱਥਾ ਹੀ ਸਾਫ, ਕੋਈ ਦੋਗੜ ਦੁਗਾੜਾ ਨਹੀਂ। ਅੱਛਾ ਰੰਗ ਕੀ ਪਾਉਂਦਾ? ਮੁਸ਼ਕ ਪੰਜ ਕਲਿਆਣ ਜੀ, ਚਾਰੇ ਪੈਰ ਪਿਆਰ ਮੁਹਬਤ ਢਾਈ ਲੱਖ ਰੁਪਿਆ ਦੇਵਣਾ ਕਿੱਥੇ ਨੇ? ਦੋ ਵੀਹ ਦਾ ਦੇ ਛੱਡ ਸਾ। ਅੱਛਾ, ਅੱਛਾ, ਇਹ ਘੋੜਾ ਜੀ? ਇਹ ਘੋੜਾ ਜਨਾਬ ਉਮਰ ਹੁਣ 5 ਲੱਗਦਾ ਪਿਆ ਜਨਾਬ। ਅੱਛਾ, ਤੇ ਕਾਦੇ ਦਾ ਜਨਾਬ ਹੈ 58 ਤੋਂ 59 ਇੰਚ ਦੀ। ਅੱਛਾ, ਹੱਥ ਪੈਰ ਸੋਨੇ ਵਰਗੇ ਜੀ। ਮੂੰਹ ਇਹਦਾ ਰੱਖ ਰਿਹਾ? ਹਾਂ ਜੀ, ਮੂੰਹ ਚੈੱਕ ਕਰੋ, ਮੱਥਾ ਚੈੱਕ ਕਰੋ ਜੀ, ਕੋਈ ਦੋਗੜ ਦੁਗਾੜਾ ਨਾ ਉਸੇ ਜੀ। ਅੱਛਾ, ਦੋ ਪੈਰ ਪਿਛਲੇ ਦੋਤੇ, ਮੱਥੇ ਪੱਟਾ ਜੀ। ਅੱਛਾ, ਨੇਜ਼ੇਬਾਜ਼ੀ ਦਾ ਪਾਸ ਘੋੜਾ ਜੀ। ਅੱਛਾ, ਸੋਨੇ ਵਰਗਾ 40 ਚੰਗਾ ਜੀ, ਭਾਵੇਂ ਟਾਂਗੇ 10 ਰਾਉਂਡ ਬਜਾ ਤੇ ਲੈ ਜਾਵੇ। ਅੱਛਾ, ਕੀ ਆਂਦਾ ਟਾਂਗੇ ਲੱਗਾ ਹੋਇਆ? ਹਾਂ ਜੀ, ਟਾਂਗੇ ਲੱਗੇ ਹੋਏ ਨਹੀਂ ਜੀ, ਨੇਜ਼ਾਬਾਜ਼ੀ ਤੇ ਲੱਗਾ। ਅੱਛਾ, ਨੇਜ਼ਾਬਾਜ਼ੀ ਲੱਗਾ, ਟਾਂਗੇ ਵਾਲਾ ਜੀ ਅਸੀਂ ਕਦੀ ਲਿਆ ਹੀ ਨਹੀਂ। ਅੱਛਾ, ਹਾਂਜੀ ਹਾਂਜੀ, ਤੇ ਇਹਦੀ ਕੀ ਡਿਮਾਂਡ ਕਰਦੇ? ਇਹਦੀ ਡਿਮਾਂਡ 3.5 ਲੱਖ ਰੁਪਇਆ ਜੀ। 3.5 ਲੱਖ ਰੁਪਇਆ ਤੇ ਕਿੱਥੋਂ ਦਾ ਦੇ ਛੋੜਨਾ ਨੇ? 23 ਦਾ ਦੇ ਦੇ ਸਰ। ਅੱਛਾ, ਪਿਆਰ ਮੁਹੱਬਤ ਕਰਦੇ। ਇਹ ਸਾਵਾ ਘੋੜਾ ਜੀ, ਉਮਰ 7-8 ਸਾਲ ਜੀ। ਅੱਛਾ, ਹੱਥ ਪੈਰ ਸਾਫ ਸੁਥਰੇ ਜੀ, ਹੁਣ ਬਾਹਰ ਕੱਢਦੇ ਭੈਣ ਭਾਈ ਹੋਰੀ ਕੜੀਆਂ ਸਮਾਨ ਲਾ ਕੇ, ਤੁਹਾਨੂੰ ਬਕਾਇਆ ਵੀਡੀਓ ਬਾਹਰ ਤੁਸੀਂ ਬਣਾ ਲਵੇ ਜੀ, ਡਾਂਸ ਕਰਦਾ। ਅੱਛਾ, ਡਾਂਸਰ ਹੈ? ਹਾਂ ਜੀ, ਕਾਦੇ ਦਾ 61 ਇੰਚ, 61 ਇੰਚ ਲਓ ਵੇਲੀਓ ਡਾਂਸਰ ਘੋੜਾ। ਉਮਰ ਕਿਤਨੀ ਦੱਸੀ ਜੀ ਇਹਦੀ? 7 ਸਾਲ। ਅੱਛਾ, ਇਹਦੀ ਕੀ ਡਿਮਾਂਡ ਕਰਦੇ ਪਿਆ? ਇਹਦੀ ਡਿਮਾਂਡ ਸਿਰਫ 2.5 ਲੱਖ ਰੁਪਏ। 2.5 ਲੱਖ ਰੁਪਇਆ, ਠੀਕ। ਸ਼ਾਹ ਜੀ ਇਹਦੀ ਕੀ ਉਮਰ ਹੈ? ਉਮਰ ਜੀ ਇਹਦੀ ਦੁਆਕ 4 ਹੁਣ ਲੱਗਦਾ ਪਿਆ। ਦੁਆਕ 4 ਲੱਗਦਾ ਪਿਆ, ਚੈੱਕ ਕਰੋ। ਹਾਂ, 4 ਲੱਗਦਾ ਪਿਆ। ਤੇ ਇਹਦਾ ਕੱਦ ਕੀ ਹੈ? ਕੱਦ ਇਹਦਾ 59 ਇੰਚ। ਇਹਦਾ ਰੰਗ ਕੀ ਪਾਉਂਦਾ? ਨੀਲਾ ਸਾਵਾ ਜੀ। ਨੇਜ਼ੇਬਾਜ਼ ਹੈ? ਡਾਂਸਰ ਹੈ ਜੀ, ਸਾਵੇ ਖੇਡਦਾ ਚੰਗਾ ਹੈ। ਡਾਂਸਰ ਘੋੜਾ, ਕੀ ਡਿਮਾਂਡ ਹੈ? ਸਵਾਰੀ ਦਾ ਵੀ ਬਹੁਤ ਅੱਛਾ ਜੀ। ਡਿਮਾਂਡ ਇਹਦੀ 3.5 ਲੱਖ। 3.5 ਲੱਖ ਰੁਪਈਆ। ਆ ਜਿਹੜਾ ਬਿਆਣਾ ਖਲੋਤਾ ਜੀ, ਪੰਜ ਕਲਿਆਣ। ਅੱਛਾ, ਬਹੁਤ ਫੇਰ ਬਿਆਣਾ ਹੈ ਜੀ। ਅੱਛਾ, ਜਿਆਦਾ ਚਿੱਟਾ ਪੁੱਛੂ ਜੀ। ਹਾਂ, ਤੇ ਉਮਰ ਸਰਲ ਜੀ। ਸਰਲ ਹੈ, ਅੱਛਾ, ਸਰਲ ਹੈ ਜੀ, ਚੈੱਕ ਕਰਾਓ। ਅੱਛਾ, ਚੈੱਕ ਕਰਾਓ ਜੀ, ਇਹਦੇ ਚੈੱਕ ਕਰੋ ਜੀ। ਆ 6ਵੀਂ ਦੰਦੀ ਅਜੇ ਹੁਣ ਕੱਢੀ ਸੀ ਜੀ। ਅੱਛਾ, ਹਾਂ ਜੀ, ਕੱਚਾ ਸਰੋਲ, ਮੱਥਾ ਚੈੱਕ ਕਰੋ ਜੀ, ਕਾਦ ਤਕਰੀਬਨ ਇਹਦਾ 60 ਹੈ ਜੀ। ਤੇ ਪੈਰ ਸੌਂਡ ਜੀ, ਡਿਮਾਂਡ ਕੀ ਹੈ? ਡਿਮਾਂਡ ਇਹਦੀ 4 ਲੱਖ ਰੁਪਇਆ ਜੀ। ਹਾਂ, ਸਾਫ ਸੁਥਰਾ, ਬੇਅਇਬ। ਹਾਂ, ਪਰੂ ਲਾਇਆ ਜੀ, ਕੈਮਰਾ ਚਿੱਟੀਆਂ ਜ਼ਿਆਦਾ ਚੱਲ ਰਹੀ, ਇਹਦੇ ਵਿੱਚ ਚਿੱਟੀਆਂ ਸੁਨਹਿਰੀ ਜ਼ਿਆਦਾ ਜੀ। ਅੱਛਾ, ਥੋੜੀ ਚਿੱਟਾ ਜੀ। ਡਿਮਾਂਡ ਕੀ ਦੱਸੀ ਨਾ? 4 ਲੱਖ। ਦੇਵਣਾ ਕਿਤਨਾ ਦਾ? ਦੇ ਦੀ ਸਾ ਪਿਆਰ ਮੁਹੱਬਤ ਕਰ ਤੇ 3.5 ਲੱਖ। ਅੱਛਾ, ਇਹਦਾ ਇਹ ਉਮਰ ਹੁਣ 4 ਸਾਲ ਹੈ ਘੋੜੀ ਜੀ, ਚੈੱਕ ਕਰੋ। ਅੱਛਾ, ਘੋੜੀ ਹੈ ਜੀ, ਆ ਚੈੱਕ ਕਰੋ ਜੀ, ਇਹ ਹੁਣ 5 ਦਾ ਦੰਦ ਕੱਢਿੰਦੀ ਪਈ, ਠੀਕ ਹੈ। ਤੇ ਮੱਥਾ ਹੀ ਸਾਫ ਜੀ, ਚੈੱਕ ਪੂਰਾ ਫੇਰਿਆ ਥੋੜਾ, ਮੱਥਾ ਹੀ ਚੈੱਕ ਕਰਾਓ ਜੀ, ਮੱਥੇ ਸਿਰਫ ਅੱਲੇ। ਅੱਛਾ, ਹਾਂ ਜੀ, ਬਾਕੀ ਜਾ ਕਰਾਂਗੇ। ਕਾਦ ਕੀ ਹੈ? ਕਾਦ ਦੇ ਦਾ 61 ਇੰਚ ਜੀ। ਅੱਛਾ, 5ਵੇਂ ਮਹੀਨੇ
क्रास पहले को सुबह सोई हुई है पहले जी एक सुबह सोई है हूं चौथे दिन दी ना खान ते आई की डिमांड है दी डिमांड है दी 4.5 लाख रुपया अच्छा फाइनल 4 लाख बाटी शक्ल वाली खूबसूरत मेरा कोई लोग साहब ने हाथ तो पैरा को तो दुड़का ते भी खा सकने है चलो ठीक है पांच लाख जी शाह जी हां जनाब उसका घोड़ा हां डबल बाटियां अच्छा 62 इंच हाइट घोड़े को 62 इंच मथा मथा साफ अच्छा तो निक्का निक्का नुकरदार कान जी मुंह फिरया थोड़ा जा हां जी आ जा मत चेक करा उमर की दसी ने उमर हूं नवया पन्या जी आ चेक करो अच्छा ते मथा साफ जी अच्छा हाथ पैर फोंड डांसर घोड़ा जी बड़ा म्यारे अच्छा अंदर धमाल करता है कि छिड़दा चंगा है हां चालबाज बड़ा जी हां आंखो तो सवारी कर नेजाबाजी नेजाबाजी दा पास जी अच्छा साफ सुथरा घोड़ा सजिया बने जात अच्छा चंगी बॉडी वाला अच्छा एंदी की डिमांड करदे पे डिमांड एंदी 7 लाख रुपया करना 7 लाख रुपया ते प्यार मोहब्बत मुड़कार ते ए अगला दसया जी अगला घोड़ा जी एंदी मुश्का जनाब लोग करे मिस्टर रोते हो जी अच्छा मथे पान पत्ता जी ठीक है उमर ए शुरू पाई लगा वदा जी 6 साल जा अच्छा ते मथा साफ ठीक है बाजू भी ते चाले उतले दर्जे दा जी अच्छा डिमांड एंदी 4.5 लाख कद की है दा कद ने 60 60 इंच है चलो हाथ पैर सोने वाले ठीक है ऐस कोड़े दा दसया ओ तुम्हारी दुकान ना रखे है बजावण वास कान जी अच्छा आप बजाइंदे हो बजाइने जी 3 तारीख नु ने दबा दिए जी अच्छा तुम्हारी दुकान है उठ जाते हैं इंशाल्लाह दौड़ना जी बिरावां दी दवाई है विचे कारोबार ही ते विचे शौक चलो अल्लाह पाक कोड़े दा शौक है सन जी तुम्हारी दुआ बरकत ठीक हो जी मोहब्बतम लो वैल्यू पीरां दा माल तुसी देख लिया رابطہ नंबर पीरां दा शेयर हो गया दोस्तां दे नाल ते गल ये है भी जिस दोस्त फिर हर वीडियो तो बाद गल हुंदी है भी जिन्हें पैसे भरने है गया वो आके चेक करया करो ठीक हो गया सगीर अब्बास की जिम्मेदारी किसी जानवर की नहीं होंगी ना किसी बंदे की होंगी है ठीक हो गया जी बेफिक्र हो हाँ अपनी तसली करके लैके जाना ना अच्छा लगे तो नहीं ला जाना पैसे नहीं भरने तरके नाल तरका देना जी बिल्कुल अल्लाह वास्ते तो देनी तो किसी नहीं काशा बिल्कुल ਅਸਾਂ ਪਿੱਛੇ ਪੈਸੇ ਬਾਰ ਕੇ ਆਪਣਾ ਕਾਰੋਬਾਰ ਜੋ ਹੈ ਜੀ ਬਿਲਕੁਲ ਜੀ ਲੇਕਿਨ ਮੁੜ ਬੰਦਾ ਮਜ਼ੀਦ ਅੱਖੀ ਨਾ ਵੇਖ ਲੈ ਜੀ ਇਤਬਾਰ ਤਾਂ ਬੜੀ ਅੱਛੀ ਸ਼ਾਇ ਹੁੰਦੀ ਬਿਲਕੁਲ ਇੰਨੀ ਗੱਲ ਹੈ ਲੇਕਿਨ ਅਜ ਤੱਕ ਅਲਹਮਦੁਲਿਲਾ ਅੱਗੇ ਉਲਾਮਾ ਤਾਂ ਮਿਲਿਆ ਕੋਈ ਨਹੀਂ ਅੱਜ ਤੱਕ ਹਾਂ ਜੀ ਤੇ ਅੱਗਾ ਵੀ ਕੋਈ ਨਾ ਮਿਲ ਸੀ ਜੀ ਨਾ ਇਹ ਸਾਡਾ ਦਿਲ ਵੀ ਨਹੀਂ ਕਰਦਾ ਜੀ ਕਿਸੇ ਨੂੰ ਗਲਤ ਚੀਜ਼ ਦੇਵਾਂ ਅੱਲਾਹ ਪਾਕ ਕਰਕੇ ਠੀਕ ਹੋ ਗਿਆ ਰੱਬ ਰੱਬ